ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮਜੀਤ ਡੀ ਪੀ, ਤਾਂ ਤੁਸੀਂ ਦੇਖਦੇ ਪਿਓ ਜੀ ਮੇਰਾ ਡੀ ਪੀ ਸੀ ਪੰਜਾਬੀ, ਅਤੇ ਡੀ ਪੀ ਸੀ ਪੰਜਾਬੀ ਦਾ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ। ਪਹਿਲਾਂ ਤਾਂ ਬਾਬਾ ਲਾਲ ਜੀ ਦੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ ਸਾਡਾ ਨਮਸਕਾਰ ਆ, ਅਤੇ ਅੱਜ ਅਸੀਂ ਫੇਰ ਗੁਰਦਾਸਪੁਰ ਪਹੁੰਚੇ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਰ ਮਹੀਨੇ ਦੂਜ ਦੀ ਦੂਜ ਦੇ ਉੱਤੇ ਜਿਹੜਾ ਆ ਗੁਰਦਾਸਪੁਰ ਤੋਂ ਸੀਤਾ ਰਾਮ ਪੈਟਰੋਲ ਪੰਪ ਤੋਂ ਜਿਹੜਾ ਆ ਇੱਕ ਫਰੀ ਬੱਸ ਸੇਵਾ ਜਿਹੜੀ ਹੈ ਧਿਆਨਪੁਰ ਦੇ ਲਈ ਚੱਲਦੀ ਹੈ। ਗੁਰਦਾਸਪੁਰ ਤੋਂ ਧਿਆਨਪੁਰ ਦੇ ਲਈ ਇਹ ਬੱਸ ਜਿਹੜੀ ਹੈ ਹਰ ਮਹੀਨੇ ਦੀ ਦੂਜ ਨੂੰ, ਦੂਜ ਦੀ ਜਿਹੜੀ ਵੀ ਤਰੀਕ ਹੁੰਦੀ ਆ ਹਰ ਮਹੀਨੇ ਦੀ ਦੂਜ ਨੂੰ ਜਿਹੜਾ ਆ ਇੱਥੋਂ ਇੱਕ ਬੱਸ ਜਿਹੜੀ ਹੈ ਉਹ ਚੱਲਦੀ ਹੈ, ਜਿਹੜੀ ਕਿ ਬਿਲਕੁਲ ਫਰੀ ਸੇਵਾ ਹੁੰਦੀ ਹੈ, ਅਤੇ ਸੰਗਤਾਂ ਨੂੰ ਲੈ ਕੇ ਬੱਸ ਬਾਬਾ ਜੀ ਦੇ ਦਰਬਾਰ ਤੱਕ ਪਹੁੰਚਦੀ ਹੈ। ਸੰਗਤਾਂ ਦੇ ਨਾਲ ਗੱਲਬਾਤ ਕਰ ਲੈਂਦੇ, ਨਾਲ ਦੀ ਨਾਲ ਤੁਹਾਨੂੰ ਜਿਹੜਾ ਆ ਦਰਸ਼ਨ ਕਰਵਾਉਂਦੇ ਹਾਂ, ਅਤੇ ਇੱਥੋਂ ਜਿਹੜੇ ਸਾਡੇ ਸਿਪ ਸਲਾਰ ਨੇ ਜਿਹੜੇ ਕਿ ਇੱਥੋਂ ਬੱਸ ਲੈ ਕੇ ਜਾਂਦੇ ਨੇ, ਸੇਵਾ ਲੈ ਕੇ ਜਾਂਦੇ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨੇ ਆ, ਅਤੇ ਤੁਹਾਨੂੰ ਜਿਹੜੀ ਹੈ ਪੂਰੀ ਦੀ ਪੂਰੀ ਇਸ ਮਹੀਨੇ ਦੀ ਜਿਹੜੀ ਹੈ ਜਾਣਕਾਰੀ ਵੀ ਜ਼ਰੂਰ ਦੇਵਾਂਗੇ। ਤਾਂ ਦੋਸਤੋ, ਇਸ ਟਾਈਮ ਤੁਸੀਂ ਦੇਖਦੇ ਪਏ ਹੋ ਕਿ ਸੀਤਾ ਰਾਮ ਪੈਟਰੋਲ ਪੰਪ ਦੇ ਬਿਲਕੁਲ ਦਫ਼ਤਰ ਦੇ ਅੰਦਰ ਜਿਹੜਾ ਆ ਜਿਹੜਾ ਪ੍ਰਸਾਦ ਸੰਗਤਾਂ ਦੇ ਵੱਲੋਂ ਆਉਂਦਾ ਆ, ਅਤੇ ਉਹ ਸੰਗਤਾਂ ਦੇ ਵਿੱਚ ਜਿਹੜਾ ਵਰਤਾਇਆ ਜਾਂਦਾ ਆ, ਜਿਵੇਂ ਜਿਹਦੀ ਵੀ ਜੋ ਵੀ ਮਨੋਕਾਮਨਾ ਪੂਰੀ ਹੁੰਦੀ ਹੈ ਉਹ ਮਨੋਕਾਮਨਾ ਦੇ ਹਿਸਾਬ ਦੇ ਨਾਲ ਆਪਣਾ ਆਪਣਾ ਪ੍ਰਸਾਦ ਜਿਹੜਾ ਸੰਗਤਾਂ ਦੇ ਵਿੱਚ ਵੰਡਣ ਵਾਸਤੇ ਜਿਹੜਾ ਲੈ ਕੇ ਆਉਂਦੇ ਨੇ। ਤੁਹਾਨੂੰ ਦੱਸ ਦਈਏ ਕਿ ਇੱਥੇ ਦੇਖਦੇ ਪਏ ਹੋ ਤੁਸੀਂ ਕਿ ਬਹੁਤ ਸਾਰੇ ਸੇਵਾਦਾਰ ਜਿਹੜੇ ਉਹ ਆਪਣਾ ਆਪਣਾ ਕੰਮ ਕਰਦੇ ਹੋਏ, ਅਤੇ ਸੇਵਾਦਾਰ ਜਿਹੜੇ ਨੇ ਉਹ ਤਕਰੀਬਨ ਲੱਗੇ ਹੋਏ ਨੇ ਪ੍ਰਸਾਦ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਕਰਨ ਵਾਸਤੇ, ਅਤੇ ਇਹ ਪ੍ਰਸਾਦ ਆ ਜਿਹੜਾ ਸੰਗਤਾਂ ਦੇ ਵਿੱਚ ਵਰਤਾਇਆ ਜਾਏਗਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਧਿਆਨਪੁਰ ਜਦੋਂ ਆਪਾਂ ਜਾਂਦੇ ਹਾਂ ਉੱਥੇ ਵੀ ਜਿਹੜਾ ਆ ਇਸੇ ਤਰ੍ਹਾਂ ਜਿਹੜੇ ਆ ਲਿਫਾਫੇ ਭਰੇ ਹੁੰਦੇ ਆ, ਅਤੇ ਕੋਈ ਗਰੀਬ ਕੋਈ ਅਮੀਰ ਨਹੀਂ ਦੇਖਿਆ ਜਾਂਦਾ ਲਿਫਾਫਾ ਦੇਣ ਤੋਂ ਪਹਿਲਾਂ, ਬਿਲਕੁਲ ਲਿਫਾਫੇ ਜਿੱਦਾਂ ਭਰੇ ਜਾਂਦੇ ਆ ਅੱਖਾਂ ਬੰਦ ਕਰਕੇ ਪ੍ਰਸਾਦ ਜਿਹੜਾ ਆ ਵੰਡਿਆ ਜਾਂਦਾ ਆ। ਇੱਥੇ ਵੀ ਤੁਸੀਂ ਦੇਖਦੇ ਪਿਓ ਕਿ ਸੇਵਾਦਾਰ ਵੀ ਪੂਰਾ ਉਸੇ ਤਰ੍ਹਾਂ ਹੀ ਜਿਹੜਾ ਆ ਲਿਫਾਫਿਆਂ ਦੇ ਵਿੱਚ ਜਿਹੜਾ ਆ ਪ੍ਰਸਾਦ ਨੂੰ ਪੈਕ ਕਰਦੇ ਪਏ ਨੇ, ਅਤੇ ਪ੍ਰਸਾਦ ਜਿਹੜਾ ਲਿਫਾਫਿਆਂ ਦੇ ਵਿੱਚ ਭਰ ਕੇ ਸੰਗਤਾਂ ਨੂੰ ਜਿਹੜਾ ਆ ਦੇ ਦਿੱਤਾ ਜਾਏਗਾ। ਅਤੇ ਸੰਗਤਾਂ ਦੇ ਲਈ ਜਿਹੜਾ ਪ੍ਰਸਾਦ ਇਸ ਟਾਈਮ ਸੇਵਾਦਾਰ ਜਿਹੜੇ ਨੇ ਤਿਆਰੀ ਕਰਦੇ ਪਏ ਆ ਅਤੇ ਭਰਦੇ ਪਏ ਨੇ, ਅਤੇ ਇਸ ਟਾਈਮ ਸਾਡੇ ਨਾਲ ਕਾਫੀ ਜ਼ਿਆਦਾ ਸੇਵਾਦਾਰ ਲੱਗੇ ਹੋਏ ਨੇ, ਅਤੇ ਸੇਵਾਦਾਰਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਅੱਜ ਦੇ ਜਿਹੜੇ ਸਪੈਸ਼ਲ ਗੱਲਬਾਤ ਆ ਅੱਜ ਦੇ ਸੇਵਾਦਾਰਾਂ ਦੇ ਲਈ ਉਹ ਗੱਲਬਾਤ ਜ਼ਰੂਰ ਕਰਦੇ ਹਾਂ। ਅਤੇ ਇਸ ਟਾਈਮ ਸਾਡੇ ਨਾਲ ਬੱਸ ਦੇ ਵਿੱਚ ਜਿਹੜੇ ਆ ਉਹ ਜਿੰਨੀ ਵੀ ਸੰਗਤ ਜਾ ਰਹੀ ਹੈ ਸੰਗਤ ਦੇ ਵਿੱਚੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਸਾਡੇ ਨਾਲ ਸਰ ਹੋਰੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਜੈ ਬਾਬਾ ਲਾਲ ਜੀ। ਜੈ ਸ਼੍ਰੀ ਬਾਬਾ ਲਾਲ ਜੀ। ਦੇਖੋ ਜੀ, ਹਰ ਦੂਜੇ ਵਿੱਚ ਇੱਥੇ ਬੱਸ ਜਾਂਦੀ ਆ, ਸੰਗਤ ਹੁੰਦੀ ਆ, ਇਕੱਠੀ ਹੁੰਦੀ ਆ, ਬੜਾ ਨਜ਼ਾਰਾ ਆ ਕਿ ਜਾਂਦਾ ਅੰਨੀ ਕੁ ਬਾਬਾ ਲਾਲ ਜੀ ਕੁ ਸਿਰਦੀ ਆ, ਜਿਨ੍ਹਾਂ ਨੂੰ ਬੁਲਾਉਂਦੇ ਨਾ ਦਿਲ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ, ਆਸ਼ਾ ਅੱਖ ਪੂਰੀਆਂ ਹੁੰਦੀਆਂ। ਜੈ ਸ਼੍ਰੀ ਬਾਬਾ ਲਾਲ ਜੀ। ਇੱਥੇ ਕਿਹਾ ਜਾਂਦਾ ਕਿ ਬੱਸ ਬਿਲਕੁਲ ਫਰੀ ਜਾਂਦੀ ਕਿ ਸੰਗਤ ਕੋਲ ਪੈਸਾ ਨਹੀਂ ਲੈ? ਨਾ ਨਾ ਨਾ, ਬੱਸ ਜੀ ਇੱਥੇ ਫਰੀ ਜਾਂਦੀ ਆ ਸੇਵਾਦਾਰੀ, ਹਾਂ ਜਿਹੜਾ ਮਰਜ਼ੀ ਜਾਵੇ ਇੱਥੇ, ਹਰ ਦੂਜ ਦਾ ਦੂਜ ਪ੍ਰਸ਼ਾਦ ਵੰਡਿਆ ਜਾਂਦਾ, ਹਰ ਚੀਜ਼ ਵੰਡੀ ਜਾਂਦੀ, ਜਿਹਦੀ ਜਿਹਦੀ ਇੱਛਾ ਜੋ ਮਰਜ਼ੀ ਅੰਦਰ ਫਰੀ ਸੇਵਾ ਇੱਥੇ ਹੁੰਦੀ ਹੈ। ਜੈ ਸ਼੍ਰੀ ਬਾਬਾ ਲਾਲ ਜੀ। ਹਾਂਜੀ, ਅਤੇ ਸਾਡੇ ਨਾਲ ਸੀ ਭਾਈ ਸਾਹਿਬ ਜਿਨ੍ਹਾਂ ਨੇ ਕਿਹਾ ਕਿ ਸੰਗਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ ਬਹੁਤ ਜ਼ਿਆਦਾ, ਸੰਗਤਾਂ ਜਿਹੜੀਆਂ ਨੇ ਤੁਸੀਂ ਦੇਖਦੇ ਹੋ ਕਿ ਅੱਜ ਪਿਛਲੀ ਵਾਰ ਦੇ ਨਾਲੋਂ ਇਸ ਵਾਰ ਜਿਹੜੀ ਹੈ ਸੰਗਤ ਜਿਹੜੀ ਹੈ ਬਹੁਤ ਜ਼ਿਆਦਾ ਹੋ ਗਈ ਹੈ, ਅਤੇ ਬੱਸ ਇਸ ਟਾਈਮ ਜਿਹੜੀ ਹੈ ਪੂਰੀ ਤਰ੍ਹਾਂ ਜਿਹੜੀ ਭਰ ਚੁੱਕੀ ਹੈ, ਅਤੇ ਹਰ ਮਹੀਨੇ ਜਿਹੜਾ ਆ ਜਿਹੜੀ ਬੱਸ ਆ ਇਹ ਇੱਥੋਂ ਚੱਲਦੀ ਹੈ, ਅਤੇ ਦਰਬਾਰ ਦੇ ਉੱਤੇ ਸੰਗਤਾਂ ਜਿਹੜੀਆਂ ਨੇ ਜਾਂਦੀਆਂ ਨੇ, ਅਤੇ ਪਿਛਲੀ ਵਾਰੀ ਤਾਂ ਸੰਗਤ ਸੁੱਖ ਨਾਲ ਠੀਕ ਠਾਕ ਸੀ, ਇਸ ਵਾਰੀ ਸੰਗਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਹੋ ਗਈ ਹੈ, ਅਤੇ ਪਿੱਛੇ ਜਿਹੜਾ ਜਿਵੇਂ ਕਿ ਬੀਬੀਆਂ ਤੁਹਾਨੂੰ ਪਤਾ ਹੀ ਹੈ ਕਿ ਸੀਟ ਦੇ ਉੱਤੋਂ ਲਾੜੀ ਪੈਂਦੀਆਂ ਨੇ, ਅਤੇ ਤੁਸੀਂ ਦੇਖਦੇ ਪਏ ਹੋ ਵੀ ਪਿੱਛੇ ਬੀਬੀਆਂ ਜਿਹੜੀਆਂ ਸੀਟਾਂ ਦੇ ਉੱਤੋਂ ਜੇ ਕਰੋ ਬਾਬਾ ਲਾਲ ਜੀ ਦਾ।
ਆਧਾਰ ਕਾਰਡ ਕਿਹੜੀ ਕਿਹੜੀ ਬੀਬੀ ਲੈ ਕੇ ਆਈ ਹੈ? ਹੱਸਦੇ ਖੇਡਦੇ ਜਾਣਾ ਚਾਹੀਦਾ ਜੀ, ਮੈਂ ਤਾਂ ਕਰਕੇ ਥੋੜ੍ਹਾ ਜਿਹਾ ਮੈਂ ਚਲੋ ਸੁਗਲ ਹੋ ਜਾਂਦਾ ਥੋੜ੍ਹਾ ਜਿਹਾ। ਅੱਛਾ ਜੀ, ਸਾਡੇ ਨਾਲ ਇਸ ਟਾਈਮ ਮਾਤਾ ਜੀ ਵੀ ਨੇ, ਤਾਂ ਮਾਤਾ ਜੀ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਦੁਬਾਰਾ ਤੋਂ ਜਿਹੜਾ ਆ, ਕਿਉਂਕਿ ਕੁਝ ਲੋਕ ਹੁੰਦੇ ਜਿਹੜੇ ਮਹਾਰਾਜ ਜੀ ਦਾ ਪ੍ਰਚਾਰ ਕਰ ਸਕਦੇ ਨੇ, ਮਹਾਰਾਜ ਜੀ ਬਾਰੇ ਗੱਲਬਾਤ ਕਰ ਸਕਦੇ ਆ, ਅਤੇ ਸਾਡੇ ਨਾਲ ਮਾਤਾ ਜੀ ਮਾਤਾ ਜੀ ਦੇ ਨਾਲ ਜਿਹੜਾ ਆ ਅੱਜ ਦੇ ਵਿਚਾਰ ਜਿਹੜੇ ਆ ਸਾਂਝੇ ਕਰ ਲੈਣੇ ਆ। ਮਾਤਾ ਜੀ ਜੈ ਬਾਬਾ ਲਾਲ ਜੀ। ਜੈ ਸ਼੍ਰੀ ਬਾਬਾ ਲਾਲ ਜੀ ਦੀ, ਜੈ ਮਹਾਰਾਜ ਜੀ ਦੀ, ਜੈ ਹੋ ਰਾਮ ਸੁੰਦਰ ਦਾਸ ਜੀ ਮਹਾਰਾਜ ਕੀ ਜੈ। ਮਹਾਰਾਜ ਜੀ ਜਿਹੜੇ ਆ ਅਤੇ ਆਪਣੇ ਸੇਵਕਾਂ ਲਾਈ ਦੀ ਹੈਗੀ ਆ, ਬਸ ਮਹਾਰਾਜ ਦੇ ਰਾਮ ਸੁੰਦਰ ਦਾਸ ਜੀ ਦੇ ਕਹਿਣ 'ਤੇ ਲੱਗੇ ਹੈਗੇ ਆ, ਉਹਨਾਂ ਦੀ ਅੱਗੇ ਨਾਲ ਚੱਲ ਰਹੇ ਆ, ਆਪਣੀ ਬੜੀ ਸ਼ਰਧਾ ਵਿਸ਼ਵਾਸ ਨਾਲ ਚੱਲ ਰਹੇ ਆ, ਸੰਗਤ ਨੂੰ ਬੜੀ ਖੜਦੇ ਆ, ਅਤੇ ਕਦੀ ਸੰਗਤ ਆ ਜਾਂਦੀ ਜ਼ਿਆਦਾ ਅਤੇ ਕਦੀ ਆ ਜਾਂਦੀ ਆ ਥੋੜ੍ਹੀ, ਅਤੇ ਉਸ ਕਾਰਨ ਕਰਕੇ ਵਿਚਾਰੇ ਮਜਬੂਰ ਉਹ ਹੋ ਜਾਂਦੇ ਆ, ਬਥੇਰਾ ਰੌਲਾ ਪਾਉਂਦੇ ਆ, ਪਰ ਇਹ ਟਾਈਮ ਨਾ ਆਉਣ, ਟਾਈਮ ਨਾ ਜਾਣ, ਟਾਈਮ ਨਾ ਚੱਲਣ, ਮਹਾਰਾਜ ਦਰਸ਼ਨ ਕਰਨ। ਮਹਾਰਾਜ ਜੀ ਬਹੁਤ ਸੋਹਣੇ ਦਰਸ਼ਨ ਦਿੰਦੇ ਆ, ਜਨਕਾਰਾ ਸ਼੍ਰੀ ਸਤਿਗੁਰੂ ਬਾਬਾ ਲਾਲ ਜੀ ਦਾ। ਬਹੁਤ ਜੈ। ਅਤੇ ਸਾਡੇ ਨਾਲ ਹੋਰ ਵੀ ਜ਼ਿਆਦਾ ਸੰਗਤਾਂ ਨੇ, ਅਤੇ ਸੰਗਤਾਂ ਦੇ ਨਾਲ ਗੱਲਬਾਤ ਜਿਹੜੀ ਇਹ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਵੈਸੇ ਤਾਂ ਹੁਣ ਜਿਹੜਾ ਆ ਬੱਸ ਦੇ ਵਿੱਚੋਂ ਅੱਗੇ ਪਿੱਛੇ ਜਾਣਾ ਵੀ ਮੇਰੇ ਖਿਆਲ ਨਾਲ ਸ਼ਾਇਦ ਮੁਸ਼ਕਲ ਹੋ ਗਿਆ, ਕਿਉਂਕਿ ਸੁੱਖ ਨਾਲ ਜਿਹੜੀਆਂ ਸੰਗਤਾਂ ਨੇ ਉਹ ਬਹੁਤ ਜ਼ਿਆਦਾ ਜਿਹੜੀਆਂ ਨੇ ਹੋ ਚੁੱਕੀਆਂ ਨੇ। ਇਸ ਵਾਰ ਤੁਸੀਂ ਦੇਖਦੇ ਪਏ ਹੋ ਵੀ ਬੱਸ ਪਿਛਲੀ ਵਾਰ ਦੇ ਨਾਲੋਂ ਜਿਹੜੀ ਇਹ ਸੰਗਤ ਹੈ ਜਿਹੜੀ ਉਹ ਦੂਣੀ ਤੀਣੀ ਜਿਹੜੀ ਹੋ ਚੁੱਕੀ ਹੈ। ਅੱਗੇ ਵੀ ਜਿਹੜੀਆਂ ਆ ਸੰਗਤਾਂ ਪੂਰੀ ਤਰ੍ਹਾਂ ਇਸ ਟਾਈਮ ਜਿਹੜੀਆਂ ਨੇ ਬੈਠੀਆਂ ਹੋਈਆਂ ਨੇ, ਅਤੇ ਬਹੁਤ ਸਾਰੀਆਂ ਸੰਗਤਾਂ ਨੇ ਸਾਡੇ ਨਾਲ, ਇੱਕ ਮਾਤਾ ਜੀ ਹੋਰ ਵੀ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਅਤੇ ਅੱਗੇ ਚੱਲਦੇ ਹਾਂ ਅਤੇ ਮਾਤਾ ਜੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਮਾਤਾ ਜੀ ਜਿਹੜੇ ਆ ਉਹ ਆਪਣੇ ਵਿਚਾਰ ਕਿਸ ਤਰ੍ਹਾਂ ਦਿੰਦੇ ਆ। ਜੈਕਾਰਾ ਬਾਬਾ ਲਾਲ ਜੀ ਦਾ। ਸਾਡੇ ਨਾਲ ਮਾਤਾ ਜੀ। ਮਾਤਾ ਜੀ, ਅੱਜ ਦੀ ਜਿਹੜੀ ਬੱਸ ਜਾ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜੈਕਾਰਾ ਬਾਬਾ ਲਾਲ ਜੀ ਦਾ, ਬੋਲ ਸੱਚੇ ਦਰਬਾਰ ਕੀ ਜੈ। ਬੱਸ ਜਾ ਰਹੀ ਆ, ਇਹਦੇ ਵਾਸਤੇ ਅਸੀਂ ਕਹਿੰਦੇ ਹਾਂ ਕਿ ਬਹੁਤ ਵਧੀਆ ਇਹਨਾਂ ਕੀਤਾ ਬੱਚਿਆਂ ਨੇ, ਕਿਉਂਕਿ ਜਦੋਂ ਦੀ ਬੱਸ ਜਾਣ ਲੱਗੀ ਹੈ ਨਾ ਉਦੋਂ ਦਾ ਸਾਨੂੰ ਇੰਨੀ ਫੈਸਿਲਿਟੀ ਹੋ ਗਈ ਆ ਵੀ ਅਸੀਂ ਇੱਥੋਂ ਬਹਿੰਦੇ ਹਾਂ ਅਤੇ ਇੱਥੇ ਹੀ ਆਣ ਉਤਰਨੇ ਹਾਂ, ਨਹੀਂ ਤਾਂ ਸਾਨੂੰ ਬਹੁਤ ਪਰੇਸ਼ਾਨੀ ਸੀ। ਅਸੀਂ ਤਾਂ ਸਾਲ ਇੱਕ ਸਾਡੀਆਂ ਦੂਜਾਂ ਭੱਜ ਗਈਆਂ ਸੀ, ਹੁਣ ਜਦੋਂ ਦੀ ਬੱਸ ਲੱਗੀ ਅਸੀਂ ਕੋਈ ਦੂਜ ਨਹੀਂ ਭੰਨੀ, ਅਸੀਂ ਆਪਣਾ ਨਾਂ ਪੱਕਾ ਹੀ ਲਿਖਾਏ ਦਾ ਵਾ, ਅਤੇ ਸਾਡੇ ਬੱਚੇ ਬਹੁਤ ਇੱਜ਼ਤ ਕਰਦੇ ਆ, ਸਾਡੀ ਸੀਟ ਪੱਕੀ ਰੱਖਦੇ ਆ, ਅਸੀਂ ਆਉਂਦੇ ਹਾਂ, ਬਹਿ ਜਾਂਦੇ ਹਾਂ ਆਰਾਮ ਨਾਲ, ਮਹਾਰਾਜ ਦੇ ਦਰਸ਼ਨ ਕਰਨੇ ਆ, ਮੱਥਾ ਟੇਕਦੇ ਹਾਂ, ਆਰਾਮ ਨਾਲ 2 ਘੰਟੇ ਬਹਿਦਾ ਵਾ, ਅਤੇ ਉਹਨਾਂ ਦੀ ਅਸੀਂ ਉਹਨਾਂ ਨੂੰ ਬੜੀਆਂ ਅਸੀਸਾਂ ਦਿੰਦੇ ਹਾਂ, ਆਸ਼ੀਰਵਾਦ ਦਿੰਦੇ ਹਾਂ ਕਿ ਬੱਚਿਆਂ ਨੇ ਇਹ ਪ੍ਰੋਗਰਾਮ ਕੀਤਾ, ਇਹਨਾਂ ਦਾ ਇਹ ਪ੍ਰੋਗਰਾਮ ਦਿਨ ਦੁੱਗਣੀ ਰਾਤ ਚੌਗਣੀ ਵੀ ਉੱਨਤੀ ਕਰਦਾ ਰਹੇ, ਅਤੇ ਇਸੇ ਤਰ੍ਹਾਂ ਹੀ ਬੱਸ ਇੱਕ ਦੇ ਨਾਲ ਹੋਰ 2 ਹੋਣ, ਭਾਵੇਂ ਦੁਨੀਆ ਜਾਂਦੀ ਰਹੇ ਅਤੇ ਦਰਸ਼ਨ ਮਹਾਰਾਜ ਦੇ ਕਰਦੇ ਰਹਿਣ। ਜੈਕਾਰਾ ਬਾਬਾ ਲਾਲ ਜੀ ਦਾ, ਬੋਲ ਸੱਚੇ ਦਰਬਾਰ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਗੁਰਦਾਸਪੁਰ ਤੋਂ ਜਿਹੜੀ ਇਹ ਹਰ ਮਹੀਨੇ ਜਿਹੜੀ ਬੱਸ ਚੱਲਦੀ ਹੈ ਉਹਦੇ ਸੇਵਕਾਂ ਦੇ ਨਾਲ ਜਿਹੜੀ ਇਹ ਗੱਲਬਾਤ ਕਰ ਲੈਂਦੇ ਹਾਂ, ਤਾਂ ਸਾਡੇ ਨਾਲ ਅੱਜ ਸੇਵਕ ਮੌਜੂਦ ਨੇ, ਸੇਵਕਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ ਕਿ ਸੇਵਕ ਅੱਜ ਦੇ ਇਸ ਬੱਸ ਰੂਟ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੀ ਕਿ ਗੁਰਦਾਸਪੁਰ ਤੋਂ ਧਿਆਨਪੁਰ ਦੇ ਲਈ ਚੱਲਦੀ ਹੈ। ਸਾਡੇ ਨਾਲ ਅਰਜੁਨ ਜੀ ਨੇ, ਅਰਜੁਨ ਜੀ ਦੇ ਨਾਲ ਪਹਿਲਾਂ ਤਾਂ ਗੱਲਬਾਤ ਕਰ ਲੈਂਦੇ ਹਾਂ। ਜੈ ਬਾਬਾ ਲਾਲ। ਜੈ ਬਾਬਾ ਲਾਲ ਜੀ ਦੀ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਹਰ ਮਹੀਨੇ ਦੀ ਦੂਜ ਵਾਲੇ ਦਿਨ ਮਹਾਰਾਜ ਜੀ ਕੋ ਆਗਿਆ ਲਿਆਂਦੀ ਦੀ ਹੋਈ ਆ ਵੀ ਇਹ ਫ੍ਰੀ ਬੱਸ ਚਲਾਈ ਜਾਂਦੀ ਆ ਸੀਤਾ ਰਾਮ ਪੈਟਰੋਲ ਪੰਪ ਤੋਂ, ਅਤੇ ਸਾਰੀਆਂ ਸੰਗਤਾਂ ਨੂੰ ਫ੍ਰੀ ਖੜਿਆ ਜਾਂਦਾ, ਕਿਸੇ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਜਿਸ ਤਰ੍ਹਾਂ ਕਿ ਤੁਹਾਨੂੰ ਤੁਸੀਂ ਦੇਖ ਹੀ ਰਹੇ ਹੋ ਰਸ਼, ਹਰ ਇੱਕ ਨੂੰ ਸੀਟ ਨੰਬਰ ਦੇ ਕੇ ਇਸ ਵਾਰੀ ਬਿਠਾਇਆ ਗਿਆ ਵਾ, ਨਵੇਂ ਰੂਲ ਜਿਹੜੇ ਫੋਲੋ ਕੀਤੇ ਗਏ ਨੇ, ਅਤੇ ਉਹ ਤੋਂ ਇਲਾਵਾ ਆਪਣੇ ਜਿਨ੍ਹਾਂ ਸੰਗਤਾਂ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਪਈਆਂ ਨੇ ਉਹ ਮਹਾਰਾਜ ਜੀ ਵੱਲੋਂ ਪੂਰੀਆਂ ਸੰਗਤਾਂ ਦਾ ਜਿਹੜਾ ਕਿ ਆਪਣੇ ਪ੍ਰਸ਼ਾਦ ਵੰਡ ਕੇ ਧੰਨਵਾਦ ਕਰ ਰਹੇ ਨੇ ਮਹਾਰਾਜ ਜੀ ਦਾ।
ਤੇ ਬਸ ਇਦਾਂ ਹੀ ਉਹਨਾਂ ਦੀ ਕਿਰਪਾ ਦਾ ਅਪਾਰ ਹੋ ਰਹੀ ਹੈ। ਦੇਖੋ ਜੀ, ਇਹ ਸਾਡੇ ਕੁੱਕੂ ਭਾਅ ਜੀ ਜਿਹੜੇ ਆ ਉਹ ਸੀਟਾਂ ਦੀ ਬੁਕਿੰਗ ਕਰਦੇ ਨੇ ਅਤੇ ਉਹ ਨੰਬਰ ਦੇ ਦਿੰਦੇ ਨੇ, ਹੁਣ ਨੰਬਰ ਵਾਈਜ਼ ਹੀ ਬੈਠਾਇਆ ਕਰਾਂਗੇ ਕਿਉਂਕਿ ਗਰਮੀ ਬੜੀ ਆ ਅਤੇ ਆਪਾਂ ਨਹੀਂ ਚਾਹੁੰਦੇ ਕਿ ਇਹਨੂੰ ਮਤਲਬ ਕੋਈ ਉਹੋ ਜਿਹੀ ਗੱਲਬਾਤ ਹੋ ਜਾਵੇ। ਇਸ ਕਰਕੇ ਨੰਬਰ ਵਾਈਜ਼ ਆਓ ਅਤੇ ਨੰਬਰ ਵਾਈਜ਼ ਬੈਠੋ ਅਤੇ ਸਾਨੂੰ ਮਤਲਬ ਇਹ ਨਹੀਂ ਹੈਗਾ ਵੀ ਰਾਸ਼ਨ ਨਾਲ ਬਹੁਤਾ ਹੀ ਕੋਈ ਗੱਲਬਾਤ ਆ, ਵੀ ਥੋੜ੍ਹੀ ਲੈ ਜਾਣੀ ਆ, ਸਾਨੂੰ ਕੋਈ ਇਹਦੇ ਵਿੱਚ ਬੈਨੀਫਿਟ ਤਾਂ ਹੈ ਨਹੀਂ ਕੋਈ, ਠੀਕ ਹੈ ਨਾ ਜੀ। ਵੀ ਇਹ ਤਾਂ ਆਪਾਂ ਇੱਕ ਮਹਾਰਾਜ ਦੀ ਆਗਿਆ ਦੇ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਚਲੋ ਸੰਗਤਾਂ ਨੂੰ ਉਹਨਾਂ ਦੇ ਪੈਰਾਂ ਪਿੱਛੇ ਹੀ ਆਪਾਂ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਡੇ ਹਾਂ ਅਤੇ ਇਸ ਕਰਕੇ ਵੀ ਆਓ ਅਤੇ ਅਰਮਾਨ ਨਾਲ ਬੈਠ ਕੇ ਜਾਓ ਅਤੇ ਮਹਾਰਾਜ ਕੋਲੋਂ ਝੋਲੀਆਂ ਭਰਾਓ। ਸਾਡੇ ਨਾਲ ਹੋਰ ਵੀ ਇੱਥੇ ਸੇਵਾਦਾਰ ਮੌਜੂਦ ਨੇ ਜਿਵੇਂ ਕਿ ਸਾਡੇ ਅਮਨ ਭਾਅ ਜੀ। ਅਮਨ ਭਾਅ ਜੀ ਨਾਲ ਗੱਲਬਾਤ ਕਰ ਲੈਣੇ ਕਿ ਅੱਜ ਬੱਸ ਦੇ ਵਿੱਚ ਬਹੁਤ ਜ਼ਿਆਦਾ ਸਿਰ ਖਪਾਈ ਹੋ ਰਹੀ। ਮਹਾਰਾਜ ਦੀ ਕਿਰਪਾ, ਸਿਰ ਖਪਾਈ ਨਹੀਂ ਸੇਵਾ ਕਰ ਰਹੇ ਹਾਂ ਜੀ, ਇੱਕ ਕੋਈ ਸਿਰ ਖਪਾਈ ਨਹੀਂ ਹੈਗੀ, ਗੁਰੂ ਮਹਾਰਾਜ ਦੀ ਜਿਹੜੀ ਸੇਵਾ ਕਰਦੇ ਪਏ ਹਾਂ ਜੀ। ਸੰਗਤਾਂ ਦਾ ਹੜ ਆ ਜੇ ਕੋਈ ਗੱਲ ਨਹੀਂ, ਗੁਰੂ ਮਹਾਰਾਜ ਬੈਠੇ ਦੇ ਆ, ਉਹਨਾਂ ਦੀ ਕਿਰਪਾ, ਗੁਰੂ ਮਹਾਰਾਜ ਦੀ ਕਿਰਪਾ ਆ ਜੀ ਸਾਰੀ, ਆ ਉਹਨਾਂ ਦੀ ਕਿਰਪਾ ਵਾ ਸਾਰਾ ਮੈਨੇਜ। ਦੇਖੋ ਜੀ ਸੰਗਤ ਵੇਖੋ ਕਿੱਦਾਂ, ਸੰਗਤ ਦਾ ਉਤਸ਼ਾਹ ਦੇਖੋ ਕਿੱਦਾਂ ਵਾ, ਕਈਆਂ ਸੰਗਤਾਂ ਦੀਆਂ ਮੁਰਾਦਾਂ ਪੂਰੀਆਂ ਹੋ ਰਹੀਆਂ ਵਾ। ਉਹ ਪ੍ਰਸ਼ਾਦ ਚਾਰ ਤੋਂ ਪੰਜ ਸੰਗਤਾਂ ਜਿਹੜੀਆਂ ਪ੍ਰੇਮ ਨਗਰ ਤੋਂ ਆ ਅਤੇ ਸਾਡੀ ਗੀਤਾ ਭਵਨ ਤੋਂ ਆ, ਉਹਨਾਂ ਦਾ ਬੱਚਾ ਪੀ ਆਰ ਹੋ ਗਿਆ ਵਾ, ਉਹਨਾਂ ਨੇ ਸਾਨੂੰ ਸਹਿਯੋਗ ਕੀਤਾ ਵਾ ਬਹੁਤ ਜ਼ਿਆਦਾ ਬੱਸ 'ਚ। ਖਾਣ ਪੀਣ ਦਾ ਵੇਖੋ ਤੁਹਾਨੂੰ ਇੰਤਜ਼ਾਮ, ਉਹਨਾਂ ਨੇ ਸਾਡੀ ਸਭਾ ਵੱਲੋਂ ਕੋਈ ਖਾਣ ਪੀਣ ਦਾ ਇੰਤਜ਼ਾਮ ਨਹੀਂ ਕੀਤਾ ਜਾਂਦਾ। ਆਪਾਂ ਇੱਕ ਬੱਸ ਦੀ ਜਿਹੜੀ ਸੇਵਾ ਸ਼ੁਰੂ ਕੀਤੀ ਸੀ ਮਾਰੇ ਕੋਲ ਆਗਿਆ ਲੈ ਕੇ, ਅਤੇ ਸੰਗਤ ਜਿਹੜੀ ਆਪਣੇ ਆਪ ਹੀ ਜਿਹਨਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੋਈ ਜਾਂਦੀਆਂ ਵਾ, ਉਹ ਪ੍ਰਸ਼ਾਦ ਦਾ ਇੰਤਜ਼ਾਮ ਬੱਸ 'ਚ ਕਰੀਆਂ ਜਾਂਦੀਆਂ ਅਤੇ ਵੰਡੀਆਂ ਜਾਂਦੀਆਂ, ਗੁਰੂ ਮਹਾਰਾਜ ਨੇ ਲੁੱਗੇ ਲਾਏ ਦੇ ਆ। ਉਹਨਾਂ ਨੂੰ ਆਪ ਹੀ ਜਿਹੜੇ ਸੀ ਸਾਡੇ ਕੰਟੈਕਟ ਨੰਬਰ ਆ ਕੁੱਕੂ ਪ੍ਰੈਸ ਵਾਲੇ ਕੋਲ 85 80 96 96 6 'ਤੇ ਬੁੱਕ ਕਰਾਓ, ਆਪਣਾ ਸੀਟ ਨੰਬਰ ਲਓ ਅਤੇ ਬੱਸ ਵਿੱਚ ਆਓ ਤਾਂ ਜੋ ਗਰਮੀ ਕਰਕੇ ਜਿਹੜਾ ਵਾ ਜ਼ਿਆਦਾ ਭੀੜ ਭੜਾਕਾ ਨਾ ਹੋ ਸਕੇ ਅਤੇ ਆਰਾਮ ਨਾਲ ਸੰਗਤ ਜਿਹੜੀ ਹੈ ਮਹਾਰਾਜ ਦੇ ਦਰਸ਼ਨ ਦੀਦਾਰ ਜਿਹੜੀ ਹੈ ਕਰ ਸਕੇ। 2 ਦਿਨ ਪਹਿਲਾਂ ਕੀਤੀ ਜਾਂਦੀ ਹੈ ਜੀ ਬੁਕਿੰਗ। ਹਾਂਜੀ ਸੋ ਤੁਸੀਂ ਤਾਂ ਸਾਡੀ ਬੱਸ ਦੇ ਉਪਰਾਲੇ ਬਾਰੇ ਦੱਸਿਆ ਕਿ ਜਦੋਂ ਜਿਸ ਤਰ੍ਹਾਂ ਬੱਸ ਦੇ ਵਿੱਚ ਹਾੜ ਆ ਰਿਹਾ, ਦੇਖੋ ਜੇ ਬੱਸ ਦੇ ਵਿੱਚ ਹਾੜ ਆ ਰਿਹਾ ਨਾ ਤਾਂ ਗੁਰੂ ਮਹਾਰਾਜ ਦੀ ਅਪਾਰ ਕਿਰਪਾ, ਉਹ ਕਿਸ਼ਤੀਆਂ ਖੁਦ ਭੇਜ ਰਹੇ ਨੇ ਕਿਉਂਕਿ ਨਵੇਂ ਤੋਂ ਨਵਾਂ ਉਪਰਾਲਾ ਹੋ ਰਿਹਾ। ਜਿਸ ਤਰ੍ਹਾਂ ਇਸ ਤਰ੍ਹਾਂ ਸੰਗਤ ਵਧਦੀ ਜਾਏਗੀ, ਗੁਰੂ ਮਹਾਰਾਜ ਜੀ ਆਪ ਹੀ ਜਿਹੜੀ ਇੱਕ ਕਸ਼ਤੀ ਭੇਜੀ ਦੀ ਆ, ਹੋ ਸਕਦਾ ਮਹਾਰਾਜ ਦੋ ਦੋ ਤਿੰਨ ਤਿੰਨ ਭੇਜ ਦੇਣ ਕਿਉਂਕਿ ਅਸੀਂ ਤਾਂ ਸੇਵਾਦਾਰ ਹਾਂ, ਅਸੀਂ ਸੇਵਾ ਕਰਨੀਆਂ, ਸੰਗਤ ਦਾ ਸਹਿਯੋਗ ਚਾਹੀਦਾ। ਬਾਕੀ ਮਿਹਰਬਾਨੀਆਂ ਬਹੁਤ ਸੰਗਤ ਦੀ, ਆਪਣੀ ਸੀਟ ਨੰਬਰ 'ਤੇ ਹੀ ਬੈਠਣ ਦੀ ਕਿਰਪਾਲਤਾ ਕਰੋ। ਸਾਡਾ ਜਿਹੜੇ ਸਾਡੇ ਮੋਬਾਈਲ ਦੇ ਵਿੱਚ ਸਾਡੇ ਨਾਲ ਸਾਡੇ ਅਕਾਊਂਟ 'ਚ ਸੇਵ ਨਾ, ਉਹ ਬੰਦੇ ਆਪਣਾ ਆਪਣਾ ਮੈਸੇਜ ਪੜ੍ਹਨ, ਜੋ ਮੈਸੇਜ ਦੇ ਵਿੱਚ ਲਿਖਿਆ ਉਹਨੂੰ ਫਾਲੋ ਕਰਕੇ ਅਤੇ ਸਾਡਾ ਸਾਥ ਦੇਣ। ਜੈ ਸ਼੍ਰੀ ਬਾਬਾ ਲਾਲ ਜੀ। ਬੜੀ ਖੁਸ਼ੀ ਹੋਈ ਹੈ ਜੀ ਅੱਜ ਫਿਰ ਦੁਬਾਰਾ ਮੌਕਾ ਮਿਲਿਆ। ਪਹਿਲੀ ਵਾਰ ਗਿਆ ਤਾਂ ਚਲੋ ਮਹਾਰਾਜ ਨੇ ਸਾਡੀ ਮੰਨਤ ਪੂਰੀ ਕੀਤੀ ਆ, ਮੇਰੇ ਬੇਟੇ ਨੂੰ ਚਲੋ ਅੱਛੀ ਜੋਬ ਦਿੱਤੀ ਉਹਨਾਂ ਨੇ। ਅੱਜ ਉਹਨਾਂ ਦੀ ਖੁਸ਼ੀ 'ਚ ਮੈਂ ਥੋੜ੍ਹਾ ਪ੍ਰਸ਼ਾਦ ਲੈ ਕੇ ਆਇਆ ਸੰਗਤਾਂ ਦੇ ਵਿੱਚ ਵੰਡਣ ਲਈ। ਲੜਕੇ ਨੂੰ ਆਰਮੀ 'ਚ ਮਿਲ ਗਈ ਬੇਟੇ ਨੂੰ, ਹਾਂਜੀ ਫਿਰ ਬੜੀ ਖੁਸ਼ੀ ਹੈ ਜੀ। ਬਾਬਾ ਲਾਲ ਜੀ ਦੀ ਕਿਰਪਾ ਦੇ ਨਾਲ ਤੁਸੀਂ ਦੇਖਦੇ ਪਏ ਹੋ ਕਿ ਬੱਸ ਜਿਹੜੀ ਫਿਰ ਜਿਹੜੀਆਂ ਸੀਟਾਂ ਜਿਹੜੀਆਂ ਨੇ ਮੈਨੇਜ ਹੋ ਚੁੱਕੀਆਂ ਨੇ ਅਤੇ ਤੁਸੀਂ ਦੇਖਦੇ ਪਏ ਹੋ ਇਸ ਟਾਈਮ ਜਿਹੜੀਆਂ ਬੱਸ ਦੇ ਵਿੱਚ ਜਿਹੜੀਆਂ ਨੇ ਸੰਗਤਾਂ ਪੂਰੀ ਤਰ੍ਹਾਂ ਜਿਹੜਾ ਆ ਬੈਠ ਚੁੱਕੀਆਂ ਨੇ। ਅੰਦਰ ਜਾ ਕੇ ਅੰਦਰ ਦਾ ਮਾਹੌਲ ਜਿਹੜਾ ਇੱਕ ਵਾਰੀ ਫਿਰ ਤੋਂ ਦਿਖਾਉਂਦੇ ਹਾਂ ਕਿ ਅੰਦਰ ਤੁਸੀਂ ਦੇਖਦੇ ਪਏ ਹੋ ਕਿ ਸੰਗਤਾਂ ਕਾਫੀ ਹੱਦ ਤੱਕ ਜਿਹੜੀਆਂ ਨੇ ਬੈਠ ਚੁੱਕੀਆਂ ਨੇ। ਬੱਸ ਪਿਛਲੀ ਵਾਰ ਦੇ ਨਾਲੋਂ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਜ਼ਿਆਦਾ ਭਰੀ ਹੋਈ ਹੈ ਅਤੇ ਸੇਵਾਦਾਰਾਂ ਵੱਲੋਂ ਜਿਹੜਾ ਪ੍ਰਸਾਦ ਆ ਲਗਾਤਾਰ ਵੰਡਿਆ ਜਾ ਰਿਹਾ ਆ।
ਅਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇਸ ਟਾਈਮ ਜਿਹੜੀਆਂ ਨੇ ਪੂਰੀ ਤਰ੍ਹਾਂ ਜਿਹੜੀਆਂ ਨੇ ਬੈਠੀਆਂ ਹੋਈਆਂ ਨੇ ਅਤੇ ਤੁਸੀਂ ਦੇਖਦੇ ਪਏ ਹੋ ਕਿ ਬੱਸ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਸੰਗਤਾਂ ਜਿਹੜੀਆਂ ਨੇ ਇਸ ਵਾਰ ਜਿਹੜੀਆਂ ਨੇ ਉਹ ਪਹਿਲੇ ਮਹੀਨੇ ਜਿਹੜਾ ਪਿਛਲੇ ਮਹੀਨੇ ਦੀ ਹੈ ਜਿਹੜੀ ਤਸਵੀਰਾਂ ਸੀ ਉਹਨਾਂ ਦੇ ਨਾਲ ਜਿਹੜਾ ਆ ਤੁਸੀਂ ਦੇਖਦੇ ਪਏ ਹੋ ਕਿ ਇਸ ਵਾਰ ਜਿਹੜੀ ਬੱਸ ਪੂਰੀ ਤਰ੍ਹਾਂ ਭਰੀ ਹੋਈ ਹੈ। ਜਿਵੇਂ ਕਿ ਤੁਸੀਂ ਦੇਖਦੇ ਪਏ ਹੋ ਕਿ ਬਾਬਾ ਲਾਲ ਜੀ ਦੇ ਦਰਬਾਰ ਦੇ ਉੱਤੇ ਜਿਵੇਂ ਕਿ ਬੱਸ ਚੱਲਦੀ ਹੈ ਅਤੇ ਹਰ ਮਹੀਨੇ ਜਿਹੜੀ ਹੈ ਬੱਸ ਇੱਥੋਂ ਚੱਲਦੀ ਹੈ। ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ DPC ਪੰਜਾਬੀ ਦੇ ਉੱਤੇ ਹਰ ਮਹੀਨੇ ਜਿਹੜਾ ਆ ਤੁਹਾਨੂੰ ਅਪਡੇਟ ਦਿੱਤਾ ਜਾਏਗਾ ਅਤੇ ਬੱਸ ਇਸ ਟਾਈਮ ਜਿਹੜੀ ਹੈ ਤਿਆਰ ਹੋ ਚੁੱਕੀ ਹੈ ਜਿਹੜੀ ਕਿ ਗੁਰਦਾਸਪੁਰ ਤੋਂ ਧਿਆਨਪੁਰ ਦੇ ਲਈ ਬਾਬਾ ਲਾਲ ਜੀ ਦੇ ਦਰਸ਼ਨਾਂ ਦੇ ਲਈ ਜਾ ਰਹੀ ਹੈ। ਅਤੇ ਤੁਸੀਂ ਦੇਖਦੇ ਪਏ ਹੋ ਮੇਰੇ ਨਾਲ ਤਸਵੀਰਾਂ ਆਪਣੇ DPC ਪੰਜਾਬੀ ਦੇ ਉੱਤੇ। ਮੈਂ ਤੁਹਾਡਾ ਆਪਣਾ ਧਰਮਜੀ DP ਧੰਨਵਾਦ। ਮਿਲਦੇ ਕਿਸੇ ਅਗਲੇ ਪ੍ਰੋਗਰਾਮ 'ਤੇ।